ਅੱਜ ਮੈਂ ਜਲੰਧਰ ਦੇ ਇੰਪੀਰੀਅਲ ਮੈਡੀਕੋ ਜਿਹੜਾ ਕਿ ਕੈਮਿਸਟ ਦੀ ਸ਼ੌਪ ਹੈ, ਜਿਹਦੇ 'ਚ ਕੱਲ੍ਹ ਦੋ ਹਥਿਆਰਧਾਰੀ ਬੰਦਿਆਂ ਨੇ ਆ ਕੇ ਦਾਤ ਇੱਕ ਗੰਡਾਸੀ ਉਹਦੇ ਨਾਲ ਇਸ ਦੁਕਾਨ ਨੂੰ ਲੁੱਟਿਆ। ਦੁਕਾਨਦਾਰ ਭਰਾਵਾਂ ਨੂੰ ਮੈਂ ਮਿਲਣ ਵਾਸਤੇ ਆਇਆ ਤਾਂ ਇੱਕ ਬੜੀ ਮਾੜੀ ਘਟਨਾ ਹੋਈ ਹੈ ਕਿ ਦੁਕਾਨ 'ਤੇ ਇੱਥੇ ਆ ਕੇ ਦੋ ਬੰਦਿਆਂ ਨੇ ਅਸਲੇ ਦੇ ਨਾਲ ਇਹਨਾਂ ਦੀ ਦੁਕਾਨ 50,000 ਰੁਪਇਆ ਲੁੱਟ ਕੇ ਲੈ ਗਏ। ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਲੰਧਰ ਦੇ ਵਿੱਚ ਆਮ ਹੋ ਗਈਆਂ ਅਤੇ ਆਹ ਜਿਹੜਾ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤ ਗਈ ਹੈ ਉਹਦੇ ਕਰਕੇ ਇਹਨਾਂ ਦੇ ਹੌਸਲੇ ਹੋਰ ਵੀ ਵੱਧ ਗਏ ਹੈ ਜਿਹੜੇ ਇੱਦਾਂ ਦੀਆਂ ਵਾਰਦਾਤਾਂ ਕਰਦੇ ਹੈ। ਲੇਕਿਨ ਫਿਰ ਵੀ ਮੈਂ ਜਲੰਧਰ ਦੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਆਪਾਂ ਇਹਨਾਂ ਦੇ ਨਾਲ ਲੜਨਾ ਹੈ। ਇਹਨਾਂ ਤੋਂ ਤੁਸੀਂ ਨਹੀਂ ਲੜਨਾ, ਅਸੀਂ ਲੜਨਾ। ਤੁਹਾਡੀ ਲੜਾਈ ਸਾਡੀ ਜ਼ਿੰਮੇਵਾਰੀ ਹੈ, ਅਸੀਂ ਲੜਾਂਗੇ, ਅਸੀਂ ਮੂਹਰੇ ਹੋਣਾ। ਇਸੇ ਕਰਕੇ ਅੱਜ ਮੈਂ ਦੁਕਾਨ 'ਤੇ ਆਇਆ, ਹਾਲਾਂਕਿ ਮੈਂ ਦਿੱਲੀ ਸੀ, ਸੈਸ਼ਨ ਚੱਲਦਾ ਸੀ। ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਮਿਲਣ ਵਾਸਤੇ ਆਇਆ ਕਿ ਸਾਡੀ ਦੁਕਾਨ ਲੁੱਟੀ ਗਈ ਹੈ ਅਤੇ ਮੈਨੂੰ ਪਹੁੰਚਣਾ ਚਾਹੀਦਾ। ਸੋ ਮੈਂ ਤੁਹਾਨੂੰ ਅਪੀਲ ਕਰਦਾ ਕਿ ਲੜਾਂਗੇ ਅਸੀਂ, ਪਰ ਫਿਰ ਵੀ ਤੁਸੀਂ ਆਪਣੇ ਗੱਲਿਆਂ ਦੀ ਇੰਸ਼ੋਰੈਂਸ ਕਰਾਓ, ਆਪਣੀ ਦੁਕਾਨ ਦੀ, ਆਪਣੇ ਇੰਪਲਾਈਜ਼ ਦੀ, ਆਪਣਾ ਜਿਹੜਾ ਕੈਸ਼ ਬੈਂਕ ਤੱਕ ਜਾਂਦਾ ਉਹਦੀ ਇੰਸ਼ੋਰੈਂਸ ਕਰਾਓ। ਮੇਰਾ ਪੈਟਰੋਲ ਪੰਪ ਹੁੰਦਾ ਸੀ 94 'ਚ ਲੁੱਟਿਆ ਗਿਆ ਸੀ, ਉਦੋਂ 37,000 ਰੁਪਏ ਲੁੱਟੇ ਸੀ, ਤਾਂ ਸਾਨੂੰ ਇੰਸ਼ੋਰੈਂਸ ਤੋਂ 37,000 ਦੇ 37,000 ਮਿਲ ਗਏ ਸੀ। ਹਾਲਾਂਕਿ ਮੇਰਾ ਉਹਨਾਂ ਨਾਲ ਝਗੜਾ ਵੀ ਹੋਇਆ ਸੀ ਜਿਹੜੇ ਲੁੱਟਣ ਆਏ, ਮੈਂ ਆਪ ਪੈਟਰੋਲ ਪੰਪ 'ਤੇ ਹਾਜ਼ਰ ਸੀ। ਸੋ ਇਸੇ ਤਰ੍ਹਾਂ ਇਹਨਾਂ ਦੇ ਕੱਲ੍ਹ 50,000 ਰੁਪਏ ਲੁੱਟੇ ਗਏ ਹੈ। ਇੱਕ ਦਿਨ ਪਹਿਲਾਂ ਇੱਕ ਦੁਕਾਨ ਰੈਸਟੋਰੈਂਟ 'ਤੇ ਪੈਸੇ ਲੁੱਟ ਕੇ ਲੈ ਗਏ। ਆਮ ਹੋ ਗਿਆ, ਇਹ ਸਰਕਾਰ ਤੋਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ, ਲੇਕਿਨ ਮੈਂ ਫਿਰ ਵੀ ਇੱਥੇ ਦੇ ਪੁਲਿਸ ਕਮਿਸ਼ਨਰ ਨੂੰ ਕਾਲ ਕੀਤੀ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਬੰਦੇ ਆਈਡੈਂਟੀਫਾਈਡ ਹੋ ਗਏ ਹੈ ਅਤੇ ਬੜੀ ਛੇਤੀ ਫੜੇ ਜਾਣਗੇ। ਸੋ ਮੈਂ ਸਾਰੇ ਜਲੰਧਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਇੱਥੇ ਨਾਲ ਲੜਾਈ ਦੇ ਵਿੱਚ ਹੈਗੇ ਹਾਂ। ਇੱਕ ਕਿਸਮ ਦਾ ਲੜਾਈ ਵਾਲਾ ਇੱਥੇ ਮਾਹੌਲ ਬਣਿਆ ਹੋਇਆ, ਸਾਨੂੰ ਮੂਹਰੇ ਹੋ ਕੇ ਜਿਹੜੇ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਤੁਸੀਂ ਵੋਟਾਂ ਪਾਈਆਂ ਅਤੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਮੂਹਰੇ ਹੋ ਕੇ ਇਹਨਾਂ ਬੰਦਿਆਂ ਦਾ ਮੁਕਾਬਲਾ ਕਰੀਏ ਅਤੇ ਅਸੀਂ ਕਰਾਂਗੇ, ਅਸੀਂ ਤੁਹਾਡੇ ਨਾਲ ਹੈ, ਘਬਰਾਉਣ ਦੀ ਕੋਈ ਲੋੜ ਨਹੀਂ। ਲੇਕਿਨ ਤੁਹਾਡੀ ਦੁਕਾਨ 'ਤੇ ਕੋਈ ਆਵੇ, ਜ਼ਿਆਦਾ ਆਪਾਂ ਨੂੰ ਲੜਾਈ ਕਰਨ ਦੀ ਲੋੜ ਨਹੀਂ, ਲੇਕਿਨ ਉਸ ਬੰਦੇ ਦਾ ਜੇ ਜੇ ਕਿਸੇ ਨੂੰ ਵੀ ਅਸਲੇ ਦੀ ਲੋੜ ਹੈ ਦੁਕਾਨਦਾਰ ਨੂੰ, ਤਾਂ ਉਹ ਮੈਨੂੰ ਦੱਸੇ ਜਾਂ SSP ਕੋਲ ਜਾਵੇ ਕਿ ਜੀ ਸਾਨੂੰ ਖਤਰਾ, ਸਾਡੇ ਪਾਸ ਕੈਸ਼ ਹੁੰਦਾ, ਸਾਨੂੰ ਅਸਲੇ ਦਾ ਲਾਇਸੈਂਸ ਦਿੱਤਾ ਜਾਵੇ, ਉਹਨੂੰ ਅਸੀਂ ਅਸਲੇ ਦਾ ਲਾਇਸੈਂਸ ਲੈ ਕੇ ਦੇਵਾਂਗੇ। ਇਸ ਜਿਹੜੇ ਇਹ ਗੁੰਡਾ ਅਨਸਰ ਹੈ, ਜ਼ਿਆਦਾ ਇਹ ਨਸ਼ਿਆਂ ਕਰਕੇ ਹੈ, ਜਿਹੜੇ ਨੌਜਵਾਨ ਨਸ਼ਿਆਂ ਵਿੱਚ ਪੈ ਗਿਆ ਉਹਨੂੰ ਜਦ ਨਸ਼ੇ ਦੀ ਤੋੜ ਲੱਗਦੀ, ਪੈਸੇ ਨਹੀਂ ਹੁੰਦੇ, ਤਾਂ ਉਹ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ। ਪਰ ਇਹ ਜਿਹੜੇ ਬੰਦੇ ਇੱਥੇ ਆ ਕੇ ਗਏ ਹੈ, ਇਹ ਕ੍ਰਿਮੀਨਲ ਬੰਦੇ ਹੈ, ਇਹ ਪਹਿਲਾਂ ਵੀ 2-3 ਕੇਸ ਇਹਨਾਂ ਦੇ ਦਰਜ ਹੈ, ਜੇਲ੍ਹ 'ਚੋਂ ਕੁਝ ਦਿਨ ਪਹਿਲਾਂ ਛੱਡ ਕੇ ਛੁੱਟ ਕੇ ਆਏ ਹੈ ਅਤੇ ਉਹਨਾਂ ਦੀ ਸ਼ਨਾਖਤ ਹੋ ਗਈ, ਉਹ ਫੜੇ ਜਾਣਗੇ। ਬਹੁਤ ਧੰਨਵਾਦ। ਗਏ ਨੇ ਉਹ ਅਤੇ ਉਹਨਾਂ ਦੇ ਇੱਥੇ ਮੌਜੂਦਗੀ ਦੇ ਵਿੱਚ ਜਾਂ ਫਿਰ ਮਤਲਬ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਜਿਹੀ ਘਟਨਾ ਜਲੰਧਰ 'ਚ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੇ ਇੱਥੇ ਆਉਣ ਦੇ ਨਾਲ ਵਾਰਦਾਤਾਂ ਵੱਧ ਗਈਆਂ। ਮੈਂ ਉਹਨਾਂ ਨੂੰ ਕਹਿਣਾ ਕਿ ਆਪਣਾ ਰਾਜ ਪਾਕ ਸੰਭਾਲ ਲੈਣ, ਦਿੱਲੀ 'ਚ ਚੰਡੀਗੜ੍ਹ ਜਾਣ, ਉੱਥੇ ਦੇਖਣ ਕਿ ਕਿਉਂ ਹੋ ਰਿਹਾ, ਉੱਥੇ ਪੁਲਿਸ ਅਫਸਰਾਂ ਨੂੰ ਬੁਲਾ ਕੇ ਮਿਲਣ, DGP ਨੂੰ ਬੁਲਾ ਕੇ ਮਿਲਣ। ਜਲੰਧਰ ਦੇ ਵਿੱਚ ਹਰ ਦੂਏ ਦਿਨ ਕੋਈ ਨਾ ਕੋਈ ਵੱਡੀ ਘਟਨਾ ਹੋ ਜਾਂਦੀ ਹੈ। ਦਾਤ ਦੇ ਨਾਲ ਦੇਖੋ, ਸਾਡਾ ਨੌਜਵਾਨ ਸ਼ਰੀਫ ਮੁੰਡਾ ਇੱਥੇ ਬੈਠਾ ਸੀ, ਜੇ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਕੌਣ ਭਰਦਾ?
ਮਾਲੀ ਨੁਕਸਾਨ ਹੋ ਗਿਆ, ਚਲੋ 50,000 ਰੁਪਇਆ ਚਲੇ ਗਿਆ ਸਾਡਾ, ਅਸੀਂ ਔਖੇ ਸੌਖੇ ਸਾਰ ਲਾਂਗੇ, ਲੇਕਿਨ ਜੇ ਜਾਨੀ ਨੁਕਸਾਨ ਹੁੰਦਾ। ਇਹ ਜਿਹੜੀ ਸਰਕਾਰ ਹੈ ਇਸ ਤੋਂ ਕੰਟਰੋਲ ਨਹੀਂ ਹੋ ਰਿਹਾ, ਨਾ ਲਾਅ ਐਂਡ ਆਰਡਰ ਹੋ ਰਿਹਾ। ਇੱਥੇ ਨਸ਼ਿਆਂ ਦੀ ਭਰਮਾਰ ਹੋਈ ਪਈ ਹੈ ਜਲੰਧਰ ਦੇ ਵਿੱਚ। ਕੋਈ ਵੀ ਚੈਨੀ ਖਿੱਚ ਲਿਆ ਜਾਂਦਾ, ਕੋਈ ਵੀ ਵਾਲੀਆਂ ਖਿੱਚ ਲਿਆ ਜਾਂਦਾ, ਕੋਈ ਵੀ ਦੁਕਾਨ ਲੁੱਟ ਲਿਆ ਜਾਂਦਾ, ਕੋਈ ਸੁਣਵਾਈ ਨਹੀਂ ਹੈ। ਪੰਜਾਬ ਲੈਵਲ ਦੀ ਆਪਾਂ ਗੱਲ ਕਰੀਏ, ਸੰਸਦ ਵਿੱਚ ਤੁਸੀਂ ਅੰਮ੍ਰਿਤਪਾਲ ਕੌੜਾ ਦਾ ਮੁੱਦਾ ਚੁੱਕਿਆ ਸੀਗਾ, ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੁਹਾਨੂੰ ਜਵਾਬ ਦਿੱਤਾ, ਕਹਿੰਦੇ ਕਿ ਮੈਂ ਕਿਸੇ ਖਾਸ MP ਦਾ ਨਹੀਂ, ਸਭ ਦਾ ਖਿਆਲ ਰੱਖਣਾ, ਜੋ ਪੰਜਾਬ ਲਈ ਸਹੀ ਹੈ ਮੈਂ ਉਹ ਕਰਾਂਗਾ, ਉਹਨੂੰ ਕਿਵੇਂ ਦੇਖਦੇ? ਦੇਖੋ, ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ, ਕਿ ਉਹਨਾਂ ਨੂੰ ਰਿਪ੍ਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ। ਜਦੋਂ ਅੰਮ੍ਰਿਤਪਾਲ ਦੇ ਕਾਗਜ਼ ਦਾਖਲ ਕੀਤੇ ਆ ਉਹਨੇ, ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ? ਜੇ ਇਹਨੂੰ ਜੇ ਉਹ ਗਲਤ ਸੀ ਤਾਂ ਉਹਦੇ ਕਾਗਜ਼ ਰੋਕਣੇ ਚਾਹੀਦੇ ਸੀ। ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੇ, ਉਦੋਂ ਸਰਕਾਰ ਨੇ ਕਿਉਂ ਨਹੀਂ ਓਬਜੈਕਟ ਕੀਤਾ ਕਿ ਇਹ ਗਲਤ ਬੰਦਾ, ਇਹਦੇ MP ਨਹੀਂ ਬਣਨਾ ਚਾਹੀਦਾ? ਫਿਰ ਉਹ MP ਬਣ ਗਿਆ। ਜਦੋਂ ਉਹਨੇ ਸਹੁੰ ਚੱਕੀ ਹੈ, ਉਹਨੂੰ ਡਿਬਰੂਗੜ੍ਹ ਤੋਂ ਲੈ ਕੇ ਆਏ ਹੈ ਅਤੇ ਉੱਥੇ ਸਹੁੰ ਚੁਕਾਈ ਹੈ ਨਾਲ ਹੋ ਕੇ, ਫਿਰ ਉਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸਹੁੰ ਚੱਕਦਾ? ਅਤੇ ਹੁਣ ਜਦੋਂ MP ਬਣ ਗਿਆ, ਸਹੁੰ ਵੀ ਚੱਕ ਲਈ, ਤਾਂ ਉੱਥੇ ਦੇ ਜਿਹੜੇ ਬੰਦੇ ਹੈ ਜਾਂ ਤਾਂ ਇਹਨੂੰ ਕੈਂਸਲ ਕਰਾ ਲੈਣ, ਜੇ ਕਹਿੰਦੇ ਜੀ ਗਲਤ ਹੈ, ਤਾਂ ਉੱਥੇ ਦੇ ਬੰਦਿਆਂ ਨੂੰ ਹੋਰ ਕੋਈ MP ਮਿਲ ਜੇ। ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਹੈ ਉਹਨਾਂ ਦਾ ਕਿਆ ਬਣੇਗਾ? ਉਹਨਾਂ ਦੀ ਗੱਲ ਕੌਣ ਕਰੇਗਾ? ਮੈਂ ਜਲੰਧਰ ਤੋਂ ਚੁਣ ਕੇ ਗਿਆ, ਮੈਂ ਜਲੰਧਰ, ਉੱਥੇ ਮੈਨੂੰ ਮੌਕਾ ਮਿਲਿਆ, ਮੈਂ ਜਲੰਧਰ ਦੀ ਗੱਲ ਕੀਤੀ, ਖੰਡੂਰ ਸਾਹਿਬ ਦੀ ਕੌਣ ਕਰੇਗਾ? ਇਹ ਇਸ਼ੂ ਹੈ।